ਇੰਟਰਨੈਸ਼ਨਲ ਗੇਮ ਦੇ ਵਿੱਚ ਤੁਸੀਂ ਪਾਰਟੀਸਪੇਟ ਕੀਤਾ, ਇਹਦੇ ਲਈ ਵੀ ਦੱਸ। ਕ੍ਰਿਕਟ ਦੀ ਟੀਮ ਜਿਹੜੀ ਸਾਡੀ ਮਹਿਲਾਵਾਂ ਦੀ ਸੀ, ਹਰਮਨਪ੍ਰੀਤ ਕੁੜੀ ਅਤੇ ਸਾਡੇ ਪੰਜਾਬ ਦੀ ਦਿਓਲ ਇੱਕ ਕੁੜੀ, ਦੋ ਕੁੜੀਆਂ ਸਾਡੀ ਰਿਪ੍ਰੈਜੈਂਟ ਕਰ ਰਹੀਆਂ ਸੀ, ਆਪਸੀ ਦਿਓਲ ਵਰਲਡ ਕੱਪ ਨੂੰ ਰਿਪ੍ਰੈਜੈਂਟ ਕਰ ਰਹੀਆਂ ਸੀ, ਹੋਇਆ ਸੀਗਾ ਉਹਦੇ 'ਚੋਂ ਸੈਕਿੰਡ ਨੰਬਰ 'ਤੇ ਵਰਲਡ ਕੱਪ ਨੂੰ, ਤਾਂ ਅਸੀਂ ਜਿਹੜਾ ਹੋਇਆ ਸੀ ਇੰਡੀਵਿਜੁਅਲੀ ਉਹਨਾਂ ਨੂੰ ਸੈਕਿੰਡ ਨੰਬਰ 'ਤੇ ਪੈਸੇ ਦਿੱਤੇ, ਤਾਂ ਅਸੀਂ ਇੰਡੀਵਿਜੁਅਲੀ ਉਹਨਾਂ ਨੂੰ ਇੰਟਰਨੈਸ਼ਨਲੀ ਪੈਸੇ ਦਿੱਤੇ। ਜਦੋਂ ਹਾਕੀ ਟੀਮ ਨੇ ਚਾਂਦੀ ਦਾ ਮੈਡਲ ਇੰਟਰਨੈਸ਼ਨਲੀ, ਤਾਂ ਅਸੀਂ ਬਜਾਏ ਟੀਮ ਨੇ ਟੀਮ ਨੂੰ ਦੇਈਏ ਚਾਂਦੀ ਦਾ ਮੈਡਲ, ਪਲੇਅਰ ਪੰਜਾਬ ਦੇ ਸੀ, ਅਸੀਂ ਬਜਾਏ ਸਾਰਿਆਂ ਨੂੰ ਟੀਮ ਨੂੰ ਦੇਈਏ, ਜਿੰਨੇ ਪਲੇਅਰ ਪੰਜਾਬ ਦੇ ਸੀ ਨਾ ਕਿ ਸਾਰਿਆਂ ਨੂੰ ਟੀਮ ਨੂੰ ਦੇਈਏ, ਪਾਰਟਿਸਿਪੇਟ ਕੀਤਾ ਇਹਦੇ ਲਈ ਵੀ। ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਜਿਹੜਾ ਇੰਡੀਵਿਜੁਅਲ ਸਪੋਰਟਸ ਦੇ ਵਿੱਚ ਅੱਗੇ ਆਵੇ, ਸੋ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆਉਣ ਵਾਲੇ ਦਿਨਾਂ 'ਚ ਬਹੁਤ ਸਾਰੇ ਸਟੇਡੀਅਮ, ਬਹੁਤ ਸਾਰੇ ਟਰੈਕਸ ਆਉਣ ਵਾਲੇ ਦਿਨਾਂ 'ਚ, ਬਹੁਤ ਸਾਰੇ ਸਟੇਡੀਅਮ, ਬਹੁਤ ਸਾਰੇ ਟਰੈਕਸ ਬਣ ਰਹੇ ਨੇ। ਪਰ ਪਿਛਲੇ ਦਿਨੀ ਧਰਮਸ਼ਾਲਾ ਦੇ ਵਿੱਚ ਇੱਕ ਪੰਜਾਬ ਦੀ IPL ਟੀਮ ਦਾ, ਇੱਧਰ ਮੈਂ ਵੀ ਉਸ ਵੇਲੇ ਧਰਮਸ਼ਾਲਾ ਗਿਆ ਹੋਇਆ ਸੀਗਾ, ਅਤੇ ਮੈਂ ਜਿਹੜੇ ਉੱਥੋਂ ਦੇ ਅਫੀਸ਼ਲਸ ਨੇ ਪੰਜਾਬ ਦੇ ਜਿਹੜੇ ਟੀਮ ਦੇ, ਉਹਨਾਂ ਨੇ ਮੈਨੂੰ ਕਿਹਾ ਕਿ ਅਫੀਸ਼ਲਸ ਨੇ ਪੰਜਾਬ ਦੇ ਟੀਮ ਦੇ, ਤਾਂ ਮੈਂ ਉਹ ਮੈਚ ਖਣਾ ਦੇਖਣ ਲਈ ਆ ਜਦੋਂ ਗਿਆ, ਤਾਂ ਮੈਂ ਉਹ ਮੈਚ ਦੇਖਣ ਲਈ, ਤਾਂ ਮੈਨੂੰ ਉੱਥੇ ਇੱਕ ਪਲੇਅਰ ਮਿਲਿਆ ਜਦੋਂ ਗਿਆ, ਇਹ ਗੱਲ ਤੁਹਾਨੂੰ ਸਾਰਿਆਂ ਨੂੰ ਦੱਸ ਚੁੱਕਿਆ, ਤਾਂ ਮੈਨੂੰ ਉੱਥੇ ਇੱਕ ਪਲੇਅਰ ਮਿਲਿਆ, ਇਹ ਗੱਲ ਤੁਹਾਨੂੰ ਸਾਰਿਆਂ ਨੂੰ ਉਹਨੇ ਚੁੱਕਿਆ ਪਹਿਲਾਂ, ਕਿਹਾ ਕਿ ਮੈਂ ਅਫਸਰੀ ਦਾ ਟੈਸਟ ਦਿੱਤਾ, ਕਿਹਾ ਕਿ ਮੈਂ ਅਫਸਰੀ ਦਾ ਟੈਸਟ ਦਿੱਤਾ ਸੀ, UPSC ਦਾ, ਪਬਲਿਕ ਸਰਵਿਸ ਕਮਿਸ਼ਨ ਦਾ, PPSC ਦਾ, ਪਰ ਮੈਨੂੰ ਸਾਰੇ ਪਾਸਿਓਂ ਬਿਲਕੁਲ ਮੈਂ ਠੀਕ ਸੀ, ਹਾਲਾਂਕਿ ਪਲੇਇੰਗ 11 'ਚ ਮੌਕਾ ਨਹੀਂ ਮਿਲਿਆ, ਪਰ ਪਲੇਅਰ ਜਿਹੜੇ ਨੇ, ਜਿਹੜੇ ਬੈਂਚ ਹੁੰਦੀ ਹੈ ਉਹਦੇ ਵਿੱਚ ਹੈ, ਸੋ ਹੌਲੀ 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 ਪਲੇਇੰਗ 11 ਦੇ ਵਿੱਚ ਵੀ ਆ ਜੂਗਾ। ਜਸਵਿੰਦਰ ਇੱਕ ਡਾਇਰੈਕਟਰ ਵੀ ਚੁਣਿਆ ਗਿਆ, ਜਸਵਿੰਦਰ ਨੇ ਸਪੋਰਟਸ ਡਿਪਾਰਟਮੈਂਟ ਨੇ ਆ ਕੇ ਲਿਖਿਆ ਕਿ ਬਹੁਤ ਵਾਰੀ ਵਾਰੀ ਪੰਜਾਬ ਨੂੰ ਰਿਪ੍ਰੈਜੈਂਟ ਕਰਕੇ ਕ੍ਰਿਕਟ ਖੇਡ ਵਿੱਚ, ਉਹਦੇ ਵਿੱਚ ਟਰੋਫੀ ਹੈ, ਉਹਦੇ ਕੂਚ ਬਿਹਾਰ ਇੰਟਰਸਟੇਟ ਸੀਨੀਅਰ ਟੂਰਨਾਮੈਂਟ ਰਣਜੀ ਟਰੋਫੀ ਡਿਊਰਿੰਗ ਕ੍ਰਿਕਟ ਸੀਜ਼ਨ 21-22 ਇਹ ਪ੍ਰਾਪਤੀਆਂ ਨੇ। ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਪੂਰਾ ਡਾਟਾ ਇਹਦਾ ਹੈਗਾ ਕਿ ਇਹਨੇ 2010 ਅਤੇ 2011 'ਚ ਅੰਡਰ 16 'ਚ ਇਹਨੇ ਪੰਜਾਬ ਨੂੰ ਰੀਪ੍ਰਜੈਂਟ ਕੀਤਾ, ਕੂਚ ਬਿਹਾਰ ਦੇ ਵਿੱਚ 14-15 'ਚ, ਅੰਡਰ 19 'ਚ ਕੀਤਾ, ਅੰਡਰ 23 'ਚ ਕੀਤਾ, ਅੰਡਰ 23 'ਚ ਫਿਰ ਦੂਜੀਆਂ ਟਰੋਫੀਆਂ ਜਿਹੜੀਆਂ ਹੁੰਦੀਆਂ ਨੇ ਡੋਮੈਸਟਿਕ ਟੂਰਨਾਮੈਂਟ ਹੁੰਦੇ ਨੇ। ਸੋ ਇੰਟਰਸਟੇਟ ਸੀਨੀਅਰ ਟੂਰਨਾਮੈਂਟ ਫੋਰ ਰਣਜੀ ਟਰੋਫੀ ਡਿਊਰਿੰਗ 22-23 ਸਪੋਰਟਸ ਡਾਇਰੈਕਟੋਰੇਟ ਪੰਜਾਬ ਦਾ ਸਰਟੀਫਿਕੇਟ ਹੈ ਜਿਹਦੇ 'ਚ ਜਸਵਿੰਦਰ ਨੂੰ ਜਿਹੜਾ ਕ੍ਰਿਕਟ ਦੇ ਵਿੱਚ ਗ੍ਰੇਡੇਸ਼ਨ ਬੀ ਗ੍ਰੇਡੇਸ਼ਨ ਦਿੱਤੀ ਹੋਈ ਹੈ ਪੰਜਾਬ ਸਟੇਟ ਨੇ। ਆਹ ਰੋਲ ਨੰਬਰ ਇਹਦਾ ਜਿਸ ਵੇਲੇ ਐਗਜ਼ਾਮ ਦੇਣਾ ਸੀ, ਰੋਲ ਨੰਬਰ 'ਤੇ ਬਕਾਇਦਾ ਤੌਰ 'ਤੇ ਲਿਖਿਆ ਹੋਇਆ ਜਸਇੰਦਰ ਸਿੰਘ ਵੈਦਵਾਨ, ਫਾਦਰਸ ਨੇਮ ਮਨਜਿੰਦਰ ਸਿੰਘ, ਕੈਟੇਗਰੀ
ਸਪੋਰਟਸ ਪਰਸਨ ਪੰਜਾਬ ਬ੍ਰੈਕਟ ਦੇ ਵਿੱਚ 75 ਇਹ ਸਪੋਰਟਸ ਦਾ ਕੋਡ ਹੈ, ਇਹ ਉਹਦਾ ਰੋਲ ਨੰਬਰ ਦਾ ਆਈ ਕਾਰਡ ਹੈ ਜਿਹਨੂੰ ਦਿਖਾ ਕੇ ਐਗਜ਼ਾਮ ਦਿੱਤਾ ਜਾਂਦਾ ਅੰਦਰ ਐਗਜ਼ਾਮੀਨੇਸ਼ਨ ਸੈਂਟਰ 'ਚ ਤੁਸੀਂ ਪਹੁੰਚਦੇ। ਤਾਂ ਜਸਵਿੰਦਰ ਨੇ ਮਿਹਨਤ ਕੀਤੀ ਪੜ੍ਹਾਈ ਦੇ ਵਿੱਚ ਵੀ ਬਹੁਤ ਵਧੀਆ, ਮਿਹਨਤ ਕੀਤੀ ਤਾਂ ਰਿਜ਼ਲਟ ਆਇਆ 198.5 ਨੰਬਰ ਆਏ। ਅਤੇ ਜਿਹੜਾ ਸਪੋਰਟਸ ਪਰਸਨ ਪੰਜਾਬ ਦਾ ਕੈਟੇਗਰੀ ਕੋਡ 75 ਦਾ ਕੱਟ ਆਫ ਮਾਰਕਸ ਨੇ ਘੱਟ ਤੋਂ ਘੱਟ 132.5 ਨੇ, ਫੋਰ ਫੀਮੇਲ ਇਸ 131.5, ਬਟ ਪੇਪਰ ਦਵਾਇਆ ਗਿਆ ਸਪੋਰਟਸ ਕੋਟੇ 'ਚ, ਰਿਜ਼ਲਟ ਦੇ ਵਿੱਚ ਕੱਢਿਆ ਗਿਆ ਜਨਰਲ 71। ਜੇ ਸਪੋਰਟਸ ਦੇ ਵਿੱਚ ਇਸੇ ਰਿਜ਼ਲਟ ਨੂੰ ਕਾਊਂਟ ਕੀਤਾ ਜਾਵੇ ਤਾਂ ਹੀ ਇਜ਼ ਅ ਟੋਪਰ, ਇਹਨੇ 198.5 ਨੰਬਰ ਲਏ ਨੇ। ਪਰ ਜਨਰਲ ਦੇ ਵਿੱਚ ਕਿਉਂਕਿ ਕੱਟ ਆਫ ਜ਼ਿਆਦਾ ਹੈ ਤਾਂ ਦਿਲ ਟੁੱਟ ਗਿਆ, ਦਿਲ ਟੁੱਟ ਗਿਆ ਤਾਂ ਮਨਿਸਟਰਾਂ ਕੋਲ ਜਾਣਾ ਸ਼ੁਰੂ ਹੋ ਗਿਆ, ਚੀਫ ਮਿਨਿਸਟਰ ਸਾਹਿਬ ਕੋਲ ਗਏ ਉਸ ਵੇਲੇ ਦੇ ਕੈਪਟਨ ਅਮਰਿੰਦਰ ਸਿੰਘ ਜੀ, ਕੈਪਟਨ ਅਮਰਿੰਦਰ ਸਿੰਘ ਜੀ ਦੇ ਜਿਹੜੇ OSDC ਕੌਣ ਸੀ, MP ਸਿੰਘ, ਉਹਨਾਂ ਨੇ ਸਾਰਾ ਕੇਸ ਕੈਪਟਨ ਸਾਹਿਬ ਨੂੰ ਪੜ੍ਹ ਕੇ ਸੁਣਾਇਆ। ਮੈਂ ਤੁਹਾਨੂੰ ਵਰਡ ਬਾਈ ਵਰਡ ਸੁਣਾਊਂਗਾ ਸਾਰਾ ਕੁਝ, ਮੈਂ ਝੂਠ ਨਹੀਂ ਬੋਲਦਾ, ਮੈਂ ਬਿਨਾਂ ਕਿਸੇ ਸਬੂਤ ਤੋਂ ਗੱਲ ਨਹੀਂ ਕਰਦਾ। ਤਾਂ ਉਹ ਕਹਿੰਦੇ ਜੀ ਕ੍ਰਿਕਟ ਨੂੰ ਤਾਂ ਸਪੋਰਟਸ ਹੀ ਨਹੀਂ ਮੰਨਦੇ ਸੀ, ਜਿਹੜੇ ਡਿਪਾਰਟਮੈਂਟ ਵਾਲਿਆਂ ਨੇ ਕਿਹਾ PPSC ਕਹਿੰਦੀ ਕ੍ਰਿਕਟ ਨੂੰ ਸਪੋਰਟਸ ਨਹੀਂ ਮੰਨਦੇ ਸੀ। ਤਾਂ ਕੈਪਟਨ ਸਾਹਿਬ ਕਹਿੰਦੇ ਮੇਰੇ ਤਾਂ ਗ੍ਰੈਂਡਫਾਦਰ ਕ੍ਰਿਕਟ ਖੇਡਦੇ ਰਹੇ ਨੇ, ਉਹੀ ਤਾਂ ਕ੍ਰਿਕਟ ਨੂੰ ਲੈ ਕੇ ਆਏ ਨੇ ਇੱਥੇ, ਅਤੇ ਸਪੋਰਟਸ ਨੂੰ ਮੰਨਾਂਗੇ। ਤਾਂ ਉਹਨਾਂ ਨੇ ਕਿਹਾ ਵੀ ਤੁਹਾਡਾ ਕੰਮ ਬਣ ਸਕਦਾ, ਤਾਂ ਉਹਨਾਂ ਨੇ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਿਖੀ ਕਿ ਇਹ ਕੇਸ ਨੂੰ ਕੰਸਿਡਰ ਕੀਤਾ ਜਾਵੇ। ਥੋੜ੍ਹਾ ਦੱਸ ਦਿਓ ਜੀ, ਇਸ ਤੋਂ ਬਾਅਦ ਦੱਸ ਦਿਓ ਰੰਗ ਤੁਸੀਂ ਦੱਸੋ ਨਾ, ਕੈਬਨਿਟ 'ਚ ਲਿਆਉਂਦਾ ਜਾਵੇ ਕੇਸ, ਕਿ ਉਹਨਾਂ ਨੇ ਕਿਹਾ ਕਿ ਅਗਲੀ ਕੈਬਨਿਟ ਦੇ ਵਿੱਚ ਕੇਸ ਲਿਆਵਾਂਗੇ। ਆਹ ਲੈਟਰ ਰਿਹਾਇਸ਼ 'ਤੇ, ਆਪਣੀ ਰਿਹਾਇਸ਼ 'ਤੇ ਉਹਨਾਂ ਨੇ ਮਿਲੇ ਅਤੇ ਤੱਥਾਂ ਦੀ ਘੋਖ ਕਰਕੇ ਤਸਦੀਕ ਸ਼ੁਦਾ ਕਾਪੀਆਂ ਸਰਕਾਰ ਨੂੰ ਭੇਜੀਆਂ ਜਾਣ। ਇਹਨਾਂ ਨੂੰ ਇਹ ਕਿਹਾ ਗਿਆ ਕਿ ਅਗਲੀ ਕੈਬਨਿਟ ਦੇ ਵਿੱਚ ਲਿਆ ਕੇ ਅਤੇ ਇਹ ਐਲੀਜੀਬਲ ਜਿਹੜਾ ਕੇਸ ਹੈ ਇਹ ਤੁਹਾਡਾ ਹੋ ਜੂਗਾ ਕੰਮ। ਚਾਹ ਚੜ੍ਹਿਆ ਪਰ ਕੈਪਟਨ ਸਾਹਿਬ ਬਦਲਦੇ, ਨੌਕਰੀ ਦੇਣ ਵਾਲੇ ਬਦਲ ਗਿਆ। ਚਲੋ ਕੋਈ ਗੱਲ ਨਹੀਂ, ਚੰਨੀ ਸਾਹਿਬ ਬਣ ਗਏ CM, ਹੋਰ ਵੀ ਜ਼ਿਆਦਾ ਚਾਹ ਚੜ੍ਹ ਗਿਆ। ਹਲਕਾ ਉਹਨਾਂ ਦਾ ਪੈਂਦਾ, ਹਲਕਾ ਪੈਂਦਾ ਉਹਨਾਂ ਦਾ। ਤਾਂ ਉਹਨਾਂ ਕੋਲ ਗਏ ਚੰਨੀ ਸਾਹਿਬ ਕੋਲ, ਉੱਥੇ ਐਸੇ ਜਗ੍ਹਾ 'ਤੇ ਸੀ ਆਹ ਜਿਹੜਾ ਕਮਰਾ, ਹਾਂਜੀ ਇੱਥੇ ਮਿਲੇ। ਤਾਂ ਇੱਥੇ ਕੇਸ ਪੜ੍ਹ ਕੇ ਸੁਣਾਇਆ ਹੁਸਨ ਲਾਲ ਨੇ, ਪ੍ਰਿੰਸੀਪਲ ਸੈਕਟਰੀ ਸਾਹਿਬ ਨੇ, ਹੁਸਨ ਲਾਲ ਨੇ ਪੜ੍ਹ ਕੇ ਸੁਣਾਇਆ ਜੀ ਪੇਪਰ, ਹਾਂ ਵੀ ਆਹ ਕੇਸ ਹੈ ਜੀ। ਚੰਨੀ ਸਾਹਿਬ ਕਹਿੰਦੇ ਵੀ ਕੰਮ ਤਾਂ ਬਣ ਸਕਦਾ ਹੈ ਤੁਹਾਡਾ, ਕਹਿੰਦੇ ਵੀ ਫਿਰ ਕਰੋ ਜੀ ਸਰ।
ਕਹਿੰਦੇ ਵੀ ਨੌਕਰੀ ਤਾਂ ਬਣਦੀ ਹੈ ਤਾਂ ਅਗਲੀ ਕੈਬਨਿਟ 'ਚ ਅਸੀਂ ਲੈ ਆਵਾਂਗੇ। ਇੱਥੋਂ ਮੋੜ ਆਉਂਦਾ ਇੱਕ ਵੱਡਾ, ਫਿਰ ਉਹਨਾਂ ਨੇ ਕੀ ਕਿਹਾ ਜੀ? ਉਹ ਕਹਿੰਦੇ ਵੀ ਦੱਸੋ ਜਸਿੰਦਰ ਆਰਾਮ ਨਾਲ ਬੋਲਦੇ ਆਰਾਮ ਨਾਲ। ਉਹ ਕਹਿੰਦੇ ਵੀ ਇਲੀਜੀਬਲ ਹੈ ਅਤੇ ਕਿਹਨੂੰ ਮਿਲੋ? ਮੈਨੂੰ ਬਾਹਰ ਲੈ ਜਾ ਗਿਆ, ਬਾਕੀ ਦੱਸਣਗੇ ਸੀ ਐਮ ਸਾਹਿਬ ਨੂੰ। ਭਤੀਜੇ ਨੂੰ ਮਿਲੋ? ਹਾਂਜੀ ਸਰ, ਉਹ ਗੱਡੀ ਜਦੋਂ ਨਹੀਂ ਕਹਿੰਦੇ ਮੇਰੇ ਭਤੀਜੇ ਨੂੰ ਮਿਲ ਲਓ ਅਤੇ ਕੰਮ ਬਣ ਜਾਊ। ਅਤੇ ਭਤੀਜੇ ਨੇ ਕਾਗਜ਼ ਦੇਖੇ, ਭਤੀਜਾ ਸੀਗਾ, ਕੱਲ੍ਹ ਨਾਂ ਸੀ ਉਹਦਾ ਜਸ਼ਨ, ਸ਼ਾਇਦ ਜਸ਼ਨ, ਜਸ਼ਨ ਜਸ਼ਨ ਸੀ ਸ਼ਾਇਦ ਨਾਂ ਉਹਦਾ। ਉਹ ਕਹਿੰਦਾ ਵੀ ਤੁਹਾਡਾ ਕੰਮ ਬਣ ਜੂਗਾ। ਆਈ ਸਰ ਕਿ ਆਈ ਕਿਆ ਸੀ ਬਿੱਟੂ ਜੀ? ਆਈ ਕਿਆ ਸੀ? ਵੀ ਇੰਨੇ ਲੱਗਣਗੇ। ਇਹਨਾਂ ਨੂੰ ਹੋਰ ਚਾਹ ਚੜ੍ਹ ਗਿਆ। ਇਹ ਤਾਂ ਕਹਿੰਦੇ ਜੀ ਹੁਣ ਲੈ ਆਉਣੇ ਤਾਂ ਇੱਥੋਂ 10-20 ਕਿਲੋਮੀਟਰ ਤਾਂ ਪਿੰਡ ਹੈ। ਕਹਿੰਦੇ ਨਹੀਂ 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 ਕੋਈ ਨਹੀਂ, ਤੁਸੀਂ ਟਾਈਮ ਲੈ ਲਓ, ਪਰਸੋਂ ਨੂੰ ਮੀਟਿੰਗ ਹੋਊਗੀ। ਫਿਰ ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ, ਕੈਬਨਿਟ ਦੀ ਨੈਕਸਟ ਮੀਟਿੰਗ ਪਰਸੋਂ, ਉਦੋਂ ਤੱਕ ਤੁਸੀਂ ਅਰੇਂਜ ਕਰ ਲਓ। ਇਹ ਕਹਿੰਦੇ ਵੀ ਤਵਾਲੀ ਕੋਈ ਨਹੀਂ ਸੀ, ਚਲੋ ਕੋਈ ਨਹੀਂ ਪਰਸੋਂ ਨੂੰ ਮਿਲਣਾ। ਪਰਸੋਂ ਨੂੰ ਆ ਗਏ ਜੀ, ਤਾਂ ਉੱਥੇ ਉਹਨਾਂ ਦਾ ਜਿਹੜਾ ਭਤੀਜਾ ਸੀਗਾ ਉਹ ਕਹਿੰਦਾ ਆਓ ਜੀ ਫਿਰ ਗੱਡੀ ਚੱਲੀਏ, ਤੁਹਾਡੀ ਨੌਕਰੀ ਦਾ ਟਾਈਮ ਆ ਗਿਆ। ਗੱਡੀ, ਇਹ ਕਹਿੰਦੇ ਗੱਡੀ ਤਾਂ ਬਹੁਤ ਦੂਰ ਖੜ੍ਹੀ ਹੈ ਜੀ, ਵੀ ਕਹਿੰਦੇ ਹਿਸਾਬ ਕਿਤਾਬ ਫਿਰ ਕਿਤੇ ਕਰਾਂਗੇ? ਕਹਿੰਦੇ ਇੱਥੇ ਕਰ ਲੈਂਦੇ, ਐਡੀ ਕੁ ਦੂਰ ਕਿਹੜੀ ਜਾਣਾ? ਕਹਿੰਦੇ ਨਹੀਂ, ਫਿਰ ਥੋੜ੍ਹਾ ਹਿਸਾਬ ਕਿਤਾਬ ਹੈ। ਕਹਿੰਦੇ ਮੇਰੀ ਜੇਬ 'ਚ ਹੀ ਹੈ। ਉਹ ਹੈਰਾਨ ਹੋ ਗਿਆ ਵੀ ਐਂ ਵਾਲਾ ਕਿਤੇ ਜੇਬ 'ਚ ਹੀ ਆ ਜਾਂਦਾ ਹੁੰਦਾ? ਇਹ ਕਹਿੰਦੇ ਮੇਰੀ ਜੇਬ 'ਚ ਹੀ ਹੈ। ਜਦੋਂ ਇਹਨਾਂ ਨੇ ਦਿਖਾਇਆ ਆਮ ਸਧਾਰਨ ਘਰਾਂ ਲਈ ਤਾਂ ਜੀ ਉਹ ਵੀ ਬਹੁਤ ਜ਼ਿਆਦਾ ਹੈ। ਇੱਥੇ ਲੋਕ ਠੀਕਰੀਆਂ ਨਹੀਂ ਗਿਣਦੇ ਇੰਨੀਆਂ ਜਿੰਨੀਆਂ ਉਹ ਕਹਿੰਦੇ ਸੀ, ਇੰਨਾ ਕੁਛ ਵੀ ਨਹੀਂ ਹੁੰਦਾ। ਤਾਂ ਇਹਨਾਂ ਨੇ ਜਦੋਂ ਦਿਖਾਇਆ ਉਹ ਕਹਿੰਦੇ ਵੀ ਖੜ ਜਾਓ ਇੱਥੇ। ਉਸ ਤੋਂ ਬਾਅਦ ਉਹਨਾਂ ਨੇ ਅੰਦਰ ਸੀ ਐਮ ਸਾਹਿਬ ਨੂੰ ਦੱਸਿਆ, ਚੰਨੀ ਸਾਹਿਬ ਨੂੰ। ਚੰਨੀ ਸਾਹਿਬ ਬਾਹਰ ਆ ਕੇ ਇਹਨਾਂ ਨੂੰ ਕਹਿੰਦੇ ਨੇ ਕਿ ਤੁਹਾਡਾ ਮੁੰਡਾ ਓਲੰਪਿਕ ਇੱਥੇ ਮੈਂ ਅਸੀਂ ਖੜ੍ਹੇ ਸੀ, ਕਾਫੀ ਹੋਰ ਖੜ੍ਹੇ ਸੀ, ਮੇਰੇ ਦੋ ਤਿੰਨ ਦੋਸਤ ਵੀ ਆਏ ਹੋਏ ਵੀ ਨਾਲ ਖੜ੍ਹੇ ਸੀਗੇ ਇੱਥੇ ਬਾਹਰੋਂ। ਇੱਕੋਦਮ ਵੀ ਤੇਰਾ ਮੁੰਡਾ ਬਹੁਤ ਓਲੰਪਿਕ ਖੇਡਿਆ, ਗੋਲਡ ਮੈਡਲ ਜਿੱਤਿਆ, ਖੇਡਣਾ ਤੈਨੂੰ ਮੈਂ ਨੌਕਰੀ ਦੇ ਦਵਾਂ, ਮਤਲਬ ਕਾਫੀ ਕੁਛ ਬੋਲੇ ਹੋ। ਅਸੀਂ ਠੰਡੇ ਹੋ ਗਏ ਮੈਂ ਇਸ ਚੀਜ਼ 'ਤੇ। ਚੰਨੀ ਸਾਹਿਬ ਨੇ ਇਸ ਜਗ੍ਹਾ 'ਤੇ, ਅਤੇ ਇਲਾਕੇ ਦੇ ਜਿਹੜੇ ਸਾਡੇ ਐੱਮ ਐੱਲ ਏ ਸੀ ਉਹ ਵੀ ਕੋਲ ਖੜ੍ਹੇ ਸੀ, ਬਲਵੀਰ ਸਿੰਘ ਸਿੱਧੂ। ਤੁਸੀਂ ਸਾਰੇ ਜਿਹੜੇ ਉਹਨਾਂ ਨੂੰ ਪੁੱਛ ਲਓ ਕਿ ਇਹ ਘਟਨਾ ਹੋਈ ਸੀ ਜਾਂ ਨਹੀਂ ਹੋਈ ਸੀ। ਉਹ ਨਾਲ ਸੀ ਉਦੋਂ ਜਦੋਂ ਉੱਠ ਕੇ ਆਏ ਬਾਹਰ। ਦੇਖੋ ਮੈਂ ਸੀ ਐੱਮ ਸਾਹਿਬ ਨੇ ਸਾਰਾ ਕੁਛ ਦੱਸਤਾ। ਹਾਂਜੀ, ਉਹ ਦੱਸਤਾ ਜੋ ਦਰਸ਼ਨ ਨੇ ਕਹਿ ਦਿਓ ਇਹ 2 ਲੱਖ ਲੈ ਕੇ ਆਏ। ਇਹ ਕੱਲ ਉਦੋਂ ਕਿਸੇ ਨੂੰ ਡਿਸਕਲੋਜ਼ ਤਾਂ ਨਹੀਂ ਕੀਤੀ ਵੀ ਉਹ ਸਾਡੇ ਲਈ, ਤਾਂ ਦੇਖੋ ਜੀ 3 ਸਾਲਾਂ ਤੋਂ ਘੱਸ ਰਹੇ ਸੀਗੇ ਵੀ ਆਹ ਕੀ ਚੀਜ਼ ਹੈ, 2 ਸਾਲਾਂ ਤੋਂ ਲਗਾਤਾਰ ਤੁਹਾਨੂੰ ਦੱਸ ਰਿਹਾ ਪੀਪੀਐਸ ਮੈਂ ਹੁਣ ਦਿਊਂਗਾ। ਪੋਸਟ ਤਾਂ ਉਹੀ ਹੈ ਨਾ ਜੀ, ਪੀਪੀਐਸਸੀ ਵੀ ਸਪੋਰਟਸ ਕੋਟੇ 'ਚੋਂ ਪੀਪੀਐਸਸੀ ਦਾ ਜਿਹੜਾ ਕਲੀਅਰਡ ਹੈ ਉਹਨੂੰ ਜਿਹੜੀਆਂ ਪੋਸਟਾਂ ਮਿਲਣਗੀਆਂ ਅਸੀਂ ਸਪੋਰਟਸ ਡਿਪਾਰਟਮੈਂਟ ਅਤੇ ਹੋਮ ਡਿਪਾਰਟਮੈਂਟ ਨਾਲ ਗੱਲ ਕਰਾਂਗੇ, ਅਸੀਂ ਤਾਂ ਦੇਵਾਂਗੇ। ਪਰ 3.5 ਸਾਲ ਹੋ ਗਏ ਜੀ, ਕਿ ਆਹ ਚੀਜ਼ ਸਾਡੇ ਜ਼ਿੰਦਗੀਆਂ ਬਰਬਾਦ ਕਰ ਦੋਗੀ? ਚੰਨੀ ਸਾਹਿਬ ਨੇ ਜਾ ਕੇ ਸਹੁੰ ਕਰਦੀ ਸੀ ਹੁਣ ਵੀ ਪਲੇਅਰ ਪੇਸ਼ ਕਰੋ, ਆਹ ਲਓ ਜੀ ਪਲੇਅਰ। ਅਸੀਂ ਝੂਠ ਬੋਲਦੇ ਨੇ, ਇਹ ਪਰਿਵਾਰ ਭਗਤਾਂ ਦਾ ਪਰਿਵਾਰ ਮੰਨਿਆ ਜਾਂਦਾ, ਇਹ ਪਿੰਡਾਂ 'ਚ ਇਹਨਾਂ ਨੂੰ ਕਹਿੰਦੇ ਨੇ ਭਗਤ ਦਾ ਪਰਿਵਾਰ, ਰੱਬ ਨੂੰ ਮੰਨਣ ਵਾਲੇ, ਸੇਵਾ ਕਰਨ ਵਾਲੇ ਲੋਕ ਨੇ, ਦੋਹੇ ਟਾਈਮ ਸਰਬੱਤ ਦਾ ਭਲਾ ਮੰਗਣ ਵਾਲਾ ਪਰਿਵਾਰ ਹੈ। ਇਹਨਾਂ ਨੂੰ ਕੀ ਪਤਾ ਸੀਗਾ ਵੀ ਇਹਦਾ ਮਤਲਬ ਕੋਈ ਹੋਰ ਹੁੰਦਾ?
ਉਹ ਕਹਿੰਦਾ ਵੀ ਇਹਦਾ ਮਤਲਬ 2 ਕਰੋੜ ਸੀਗਾ, ਗੱਡੀ ਚੱਕ ਸਾਫ ਹੋ ਗਈ, ਕਹਿੰਦੇ ਮੇਰੀ ਜੇਬ 'ਚ ਹੈ। ਉਹ ਕਹਿੰਦੇ ਜੇਬ 'ਚ ਆ ਹੀ ਨਹੀਂ ਸਕਦਾ ਜਿਹੜਾ ਅਸੀਂ ਚਾਹੁੰਦੇ ਹਾਂ। ਠੀਕ ਹੈ ਜੀ, ਜਸ਼ਨ ਨਾਂ ਦਾ ਭਤੀਜਾ ਕੋਈ ਹੋਊਗਾ, ਚੰਨੀ ਸਾਹਿਬ ਨੂੰ ਮੈਂ ਫੇਰ ਮੌਕਾ ਦੇ ਦਿੰਦਾ, ਜਸ਼ਨ ਬਾਰੇ ਪੁੱਛ ਲਿਆ ਮੈਂ ਕੌਣ ਆ। ਹਾਲਾਂਕਿ ਚੰਨੀ ਸਾਹਿਬ ਨੇ ਕਿਹਾ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਪੁੱਛ ਲਿਆ, ਇਹਦਾ ਮਤਲਬ ਕੰਮ ਕਰਦੇ ਸੀ ਉਹ ਨਾ, ਪੁੱਛਣ ਦੀ ਲੋੜ ਕਿਵੇਂ ਪੈ ਜਾਏ ਜੇ ਕੋਈ ਇਹੋ ਜਿਹੀ ਹਿੰਮਤ ਕੀ ਨਹੀਂ ਪੈ ਜਾਏ ਵੀ ਮੈਂ ਆਪ ਹੀ ਦੇਵੇ ਜਵਾਬ ਕਿ ਕਿਸੇ ਰਿਸ਼ਤੇਦਾਰ ਦੀ ਹਿੰਮਤ ਨਹੀਂ ਪੈ ਸਕਦੀ। ਕਹਿੰਦੇ ਮੈਂ ਪੁੱਛ ਲਿਆ ਸਰ ਨੂੰ ਵੀ, ਤਾਂ ਤੁਸੀਂ ਤਾਂ ਨਹੀਂ ਕਿਸੇ ਕਲੀਅਰ ਵਾਲੇ ਮਾਮਲੇ 'ਚ, ਇਹਦਾ ਮਤਲਬ ਹੋਰ ਮਾਮਲੇ ਤਾਂ ਹੋਣਗੇ ਉਹ। ਸੋ ਮੈਂ ਸੱਚ ਬੋਲਦਾ ਜੀ, ਮੈਂ ਕੋਈ ਮਾਫੀਆ ਨਹੀਂ ਕ੍ਰੀਏਟ ਕਰਨਾ, ਨਾ ਹੀ ਮੇਰਾ ਇਹਨਾਂ ਨਾਲ ਕੋਈ ਪੁਰਾਣਾ ਕੋਈ ਮੇਰੇ ਇਹਨਾਂ ਨਾਲ ਮੁਰਗੀ ਖਾਣੇ ਸਾਂਝੇ ਨੇ। ਮੈਨੂੰ ਤਾਂ ਪਲੇਅਰ ਮੇਰੇ ਕਿੱਥੇ ਮਿਲੇ ਸੀਗੇ ਜਸਿੰਦਰ? 19 ਤਰੀਕ ਨੂੰ ਅਸੀਂ ਜਿੱਥੇ ਸਾਡੀ ਸਟੇਅ ਸੀਗੀ ਟੀਮ ਦੀ, ਰੈਡੀਸਨ ਬਲੂ ਹੋਟਲ ਸੀਗਾ, ਉੱਥੇ ਸਰ ਜਾਣ ਲੱਗੇ ਸੀਗੇ। ਮੈਂ ਕਾਫੀ ਦੂਰ ਖੜ੍ਹਾ ਸੀਗਾ ਅਤੇ ਸਰ ਬਹਿ ਗਏ ਸੀਗੇ ਗੱਡੀ 'ਚ, ਅਤੇ ਮੈਂ ਇਸ਼ਾਰਾ ਕੀਤਾ ਸੀਗਾ, ਮਤਲਬ ਐਗਜੈਕਟਲੀ ਇੱਦਾਂ ਕੀਤਾ ਸੀਗਾ, ਅਤੇ ਸਰ ਭੱਜ ਕੇ ਆ ਗਏ ਇਕੱਲੇ ਹੀ। ਅਤੇ ਉਦੋਂ ਮੈਂ ਸਰ ਤੋਂ ਕਿਹਾ ਕਿ ਸਰ 2-4 ਮਿੰਟ ਚਾਹੀਦੇ ਸੀਗੇ ਤੁਹਾਡੇ, ਮੈਂ ਬੇਨਤੀ ਕਰਨੀ ਸੀਗੀ ਇੱਕ। ਅਤੇ ਫਿਰ ਉਦੋਂ ਸਾਰਾ ਦੱਸਿਆ, ਅਤੇ ਜੋ ਸਰ ਨੇ ਕਿਹਾ ਮੈਂ ਉਵੇਂ ਹੀ ਦੱਸਿਆ ਸੀ ਸਰ ਨੇ ਅੱਗੇ। ਇਸ ਦੌਰ ਦੇ ਵਿੱਚ ਚੰਨੀ ਹੁਣਾਂ ਨੇ ਜਾਂ ਜਿਹਨਾਂ 'ਤੇ ਐਲੀਗੇਸ਼ਨ ਲਾਏ ਸੀ, ਕਿਸੇ ਨੇ ਅਪਰੋਚ ਕੀਤਾ ਤੁਹਾਨੂੰ? ਸ਼ਾਇਦ ਉਹਨਾਂ ਨੂੰ ਵੀ ਜਾਣਕਾਰੀ ਹੋਵੇ ਕਿਸੇ ਨੇ ਕੀਤਾ ਸੀ। ਕਿਸੇ ਵੀ ਮਾਮਲੇ 'ਚ ਨੌਕਰੀ ਦੇਣੀ ਹੈ ਜੀ ਉਹ ਬੰਦਾ। ਅੱਛਾ, ਮੈਂ ਉਹੀ ਨਹੀਂ ਕਹਿੰਦਾ ਜੀ, ਹੁਣ ਮੈਂ ਆਹ ਦਿਖਾਊਂਗਾ ਨਾ, ਤੁਸੀਂ ਗ੍ਰਹਿ ਵਿਭਾਗ ਦੀਆਂ ਚਿੱਠੀਆਂ ਦੇਖੋ, ਜਿਹਦੇ ਵਿੱਚ ਪੁਲਿਸ ਅਤੇ ਹੋਮ ਡਿਪਾਰਟਮੈਂਟ ਵੀ ਕਹਿੰਦਾ ਕਿ ਸਿੱਧੀ ਭਰਤੀ ਲਈ 3% ਕੋਟਾ ਜਿਹੜਾ ਨੈਕਸਟ ਭਰਤੀ ਦੇ ਵਿੱਚ ਤੁਸੀਂ ਐਲੀਜੀਬਲ। ਫਾਈਲ ਸਾਡੀ ਚੱਲ ਪਈ ਸੀ, ਸਾਰੇ ਕਾਗਜ਼ ਪਏ ਨੇ ਇਹਨਾਂ ਕੋਲ, ਸਾਰੇ ਕਾਗਜ਼ ਤੋੜ ਲਈ ਸੀ ਇਹਨਾਂ ਨੇ, ਫਾਈਲ ਤੁਰ ਪਈ ਸੀ, ਡਾਕੂਮੈਂਟਸ ਨੇ ਸਾਰੇ ਮਿਨਿਸਟਰੀ ਦੇ ਡਾਕੂਮੈਂਟਸ, ਗ੍ਰਹਿ ਮੰਤਰਾਲੇ ਦੇ ਡਾਕੂਮੈਂਟਸ ਨੇ ਕਿ ਤੁਹਾਨੂੰ। ਫਿਰ ਉਹਨਾਂ ਨੇ ਨਹੀਂ ਕਾਰਵਾਈ ਕੀਤੀ, ਉਹਨਾਂ ਨੂੰ ਰਿਮਾਇੰਡਰ ਵੀ ਕਿਹਾ ਕਿ ਕੰਮ ਕਰੋ। ਪਰ ਇੱਥੇ ਪਤਾ ਲੱਗੇ ਦੇਖੋ, ਇਹ ਜਿਹੜੇ ਤੁਹਾਡੇ ਸਾਹਮਣੇ ਬੈਠੇ ਆ, ਰਿਟਰਨ ਨਹੀਂ ਹੁੰਦਾ। ਜਦੋਂ ਟੀਵੀ 'ਤੇ ਆ ਕੇ ਇਹਨਾਂ ਨੇ ਦੱਸਤਾ, ਮੈਂ ਤੁਹਾਡੇ ਸਾਹਮਣੇ ਇੱਕ ਵਾਰੀ ਤਸਦੀਕ ਕਰਾ ਦਿੰਦਾ ਕਿ ਜੋ ਮੈਂ ਬੋਲਿਆ ਜਸਿੰਦਰ ਅਤੇ ਉਹਨਾਂ ਦੇ ਪਿਤਾ 'ਚ ਬੈਠੇ, ਜੋ ਮੈਂ ਬੋਲਿਆ ਤੁਸੀਂ ਉਹ 'ਚ ਕੋਈ ਅਮੈਂਡਮੈਂਟ ਜਾਂ ਉਹ 'ਚੋਂ ਗਲਤ ਗੱਲ ਗਈ ਹੈ? ਜੋ ਸੀਐਮ ਸਾਹਿਬ ਨੇ ਬੋਲਿਆ ਇਨ ਬਿਨ ਸਾਡੀ ਆਵਾਜ਼ ਬੋਲੀ, ਉਹ ਤਾਂ ਜੀ ਸਾਡਾ ਕੰਮ ਹੈ ਨਾ, ਉਹ ਤਾਂ ਸਾਡਾ ਕੰਮ ਹੈ। ਪਰ ਨੋਟ ਓਨਲੀ ਕਾਰਵਾਈ, ਡਿਜ਼ਰਵਿੰਗ ਪਲੇਅਰ ਨੂੰ ਨੌਕਰੀ ਕਿਉਂ ਨਹੀਂ ਮਿਲੀ ਇਹਦੇ ਵਾਸਤੇ ਅਫਸਰਾਂ, ਹਾਲਾਂਕਿ ਅਫਸਰਾਂ ਤਾਂ ਦੱਸਿਆ ਇਹਨਾਂ ਨੇ, ਕੋਈ ਉਹਨਾਂ ਨੂੰ ਤਾਂ ਪੜ੍ਹ ਕੇ ਸੁਣਾਤਾ ਸੀ, ਐਲੀਜੀਬਲ ਕੇਸ ਹੈ ਜੀ। ਪ੍ਰੋਬਲਮ ਅਫਸਰਾਂ ਦੀ ਨਹੀਂ ਹੁੰਦੀ, ਅਫਸਰ ਤਾਂ ਜੋ ਕਹੂਗਾ ਉਹ ਕਰ ਦਿੰਦੇ ਨੇ। ਪ੍ਰੋਬਲਮ ਇੱਥੇ ਭਤੀਜੇ, ਭਾਣਜੇ, ਜਵਾਈ, ਭਾਈ, ਸਾਲੇ ਹੈ ਨਾ, ਉਹਨਾਂ 'ਤੇ ਪੰਗਾ ਪੈਂਦਾ। ਹੁਣ ਉਹਦੇ ਕੋਲ ਕਿਹੜੀ ਕੰਸਟੀਟਿਊਸ਼ਨ ਪੋਸਟ ਸੀ, ਐਂ ਕਹਿਣ ਵਾਲੇ ਕੋਲ ਪੋਸਟ ਦਿੱਤੀ ਗਈ ਨਾ ਉਹਨੂੰ? ਪਹਿਲੀ ਗੱਲ ਤਾਂ ਜੇ ਨੌਕਰੀ ਦੇਣੀ ਸੀ ਐਲੀਜੀਬਲ ਹੈ ਭਾਈ, ਲਿਆਓ ਵੀ ਹੁਸਨ ਲਾਲ ਜੀ, ਰਿਕਮੈਂਡ ਕਰੋ, ਅਗਲੀ ਗਵਰਨਮੈਂਟ 'ਚ ਲੈ ਕੇ ਖਤਮ ਕਰੋ ਮਾਮਲਾ। ਉਹਨੇ ਉੱਧਰ ਕਿਉਂ ਭੇਜਿਆ ਵੀ ਉਹ ਉੱਧਰ ਮਿਲਦਾ? ਅਤੇ ਫਿਰ ਉਹਨੇ ਜਿਸ ਦਿਨ ਮਿਲੇ, ਤੀਜੇ ਦਿਨ ਉਹਦੇ ਨੂੰ ਕਿਹਾ ਕਿ ਗੱਡੀ 'ਚ ਜਾਂਦੇ ਹਾਂ, ਉਹ ਕੀ ਕਹਿੰਦੇ ਇੱਥੇ ਹੀ ਕਰ ਲੈਂਦੇ ਆਪਾਂ ਸਾਹਿਬ, ਉਹ ਤਾਂ ਮੇਰੀ ਜੇਬ 'ਚ ਹੀ ਹੈ। ਥੋੜ੍ਹਾ ਕਲੀਅਰ ਕਰ ਦਿਓ ਸੀਐਮ ਸਾਹਿਬ, ਐਫ ਆਈ ਆਰ ਚੰਨੀ 'ਤੇ ਹੋਊ ਅਤੇ ਭਤੀਜੇ ਦੇ ਨਾਲ ਹੋਊ ਜਾਂ ਦੋਨਾਂ 'ਤੇ ਹੋਊ? ਤੁਸੀਂ ਤਾਂ ਹੁਣ ਜੇਲ੍ਹ ਵੀ ਕਲੀਅਰ ਕਰਾਉਣ ਨੂੰ ਫਿਰਦੇ ਹੋ, ਥੋੜ੍ਹਾ ਟਾਈਮ ਤਾਂ ਦਿਓ ਨਾ ਉਹਨਾਂ ਨੂੰ।
ਪਹਿਲਾਂ ਆਹ ਤਾਂ ਕਲੀਅਰ ਕਰਤਾ ਨਾ ਤੁਸੀਂ ਕਹਿੰਦੇ ਸੀ ਆਊਗਾ ਪਲੇਅਰ ਜਾਂ ਨਹੀਂ, ਕਾਊਂਟ ਡਾਊਨ ਸ਼ੁਰੂ 27 ਮਿੰਟ 29 ਸੈਕਿੰਡ ਰਹਿ ਗਏ, ਇੱਦਾਂ ਨਹੀਂ ਕਰੀਦਾ ਹੁੰਦਾ, ਕਾਲ ਹੀ ਨਹੀਂ ਕਰੀਦੀ ਹੁੰਦੀ। ਮੈਂ ਪਹਿਲਾਂ ਵੀ ਕਹਿੰਦਾ ਆਰਾਮ ਨਾਲ ਅੰਦਰ ਜਾਣਗੇ ਸਾਰੇ ਜਾਣਗੇ, ਪਰ ਮੈਂ ਆਪਣੇ ਵੱਲੋਂ 31 ਮਈ 2 ਵਜੇ ਦਾ ਟਾਈਮ ਤਾਂ ਦਿੱਤਾ ਸੀ, ਹੋ ਸਕਦਾ ਚੰਨੀ ਸਾਹਿਬ ਨੂੰ ਅਹਿਸਾਸ ਹੋ ਜੇ ਕਿਤੇ, ਐਂ ਕਹਿ ਦੇਣ ਹਾਂ ਯਾਰ ਭੀੜ 'ਚ ਮੈਥੋਂ ਕਿਤੇ ਕਿਹਾ ਗਿਆ ਹੋਣਾ, ਪਰ ਜਾ ਕੇ ਸਹੁੰ ਚੁੱਕ ਲਈ ਕਤਲਗੜ੍ਹ ਸਾਹਿਬ, ਅਤੇ ਜੇ ਮਾਫ਼ੀ ਮੰਗਣੀ ਹੈ ਮੈਂ ਨਹੀਂ ਹੈਗਾ, ਮੈਂ ਕੌਣ ਮਾਫ਼ ਕਰਨ ਨਾਲ, ਮਾਫ਼ੀ ਉੱਥੇ ਹੀ ਮੰਗੋ ਗੁਰੂ ਦੇ ਦਰ 'ਚੋਂ, ਮਾਫ਼ੀ ਉੱਥੇ ਹੀ ਮੰਗੋ ਵੱਡੇ ਸਾਹਿਬ ਜਦੇ ਧਰਤੀ ਤੋਂ ਜਿੱਥੇ ਤੁਸੀਂ ਜਾ ਕੇ ਸਹੁੰ ਚੁੱਕੀ ਹੈ ਕਿ ਮੈਂ ਕਿਸੇ ਖਿਡਾਰੀ ਨੂੰ ਨਹੀਂ ਮਿਲਿਆ। ਇੱਕ ਮਿੰਟ ਜੀ, ਮੈਂ ਕਿਸੇ ਖਿਡਾਰੀ ਨੂੰ ਜੋ ਉਹਦੇ ਬਾਪ ਨੂੰ ਨਹੀਂ ਮਿਲਿਆ, ਹਾਂਜੀ ਤੁਹਾਨੂੰ ਕੌਣ ਲੱਗਦਾ, ਹੈਂਜੀ ਹਾਂ ਹੈਗੇ ਜੀ, ਪੁੱਛੋ ਤੁਸੀਂ ਉਹਨਾਂ ਨੂੰ, ਅੱਜ ਪੁੱਛੋ ਸਾਰੇ ਜਿਹੜੇ ਤੁਸੀਂ ਹੈ ਸੀ ਕਿ ਨਹੀਂ ਸੀ, ਤੁਸੀਂ ਪੁੱਛੋ, ਤੁਸੀਂ ਮੀਡੀਆ ਤੁਸੀਂ ਪੁੱਛੋ ਉਹਨਾਂ ਨੂੰ, ਤੁਸੀਂ ਬਲਬੀਰ ਸਿੱਧੂ ਨੂੰ ਪੁੱਛੋ ਵੀ ਇੱਥੇ ਹੈਗੇ ਸੀ, ਔਰ ਤਰੀਕ ਵੀ ਦੱਸ ਦਿੰਦੇ ਕੀ ਕੀ ਕਿਹਾ ਉਸ ਦਿਨ, ਕੀ ਕਰਨ ਆਏ ਸੀ, ਸਮਝ ਆਰਾਮ ਨਾਲ। ਜ਼ਿਲ੍ਹਾ ਸਿਵਲ ਹਸਪਤਾਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦਾ ਨੀਂਹ ਪੱਥਰ, ਸਾਹਿਬਜ਼ਾਦਾ ਚਰਨਜੀਤ ਸਿੰਘ ਚੰਨੀ, ਮਾਣਯੋਗ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸ਼੍ਰੀ ਓ ਪੀ ਸੋਨੀ, ਲਓ ਮਾਣਯੋਗ ਉਪ ਮੁੱਖ ਮੰਤਰੀ ਪੰਜਾਬ ਅਤੇ ਸਰਦਾਰ ਬਲਵੀਰ ਸਿੰਘ ਸਿੱਧੂ MLA SAS ਨਗਰ ਦੀ ਹਾਜ਼ਰੀ 'ਚ ਮਿਤੀ 9/11/2021 ਨੂੰ ਆਪਣੇ ਘਰ ਕਮਲਾਂ ਨਾਲ ਕੀਤਾ ਗਿਆ ਹੈ। ਇਹ ਉੱਥੇ ਦੀ ਫੋਟੋ ਹੈ ਜੀ, ਸੋਨੀ ਸਾਹਿਬ ਦੀ ਨਾਲ ਹੀ ਹੈ, ਕਿਸੇ ਨੇ ਖਿੱਚੀ ਜਰਨਲਿਸਟ, ਕਿਸੇ ਨੇ ਖਿੱਚੀ ਹੈ ਫੋਟੋ, ਇਹ ਵੀ ਦੱਸਦੇ ਨੇ ਸਿਰ ਬਲਵੀਰ ਸਿੱਧੂ ਨੂੰ ਕਹਿੰਦਾ ਸੀ ਭਰਾਵਾ ਇੱਧਰ ਹੀ ਸਿੱਧਾ ਕਰ ਲਓ, ਇਹਨਾਂ ਦੇ ਰੇਟ ਹੋਰ ਸਿੱਧੂ ਸਾਹਿਬ ਨੇ ਹੱਥ ਖੜੇ ਕਰਤੇ, ਜਦੋਂ ਆਏ ਮਤਲਬ ਉਹਨਾਂ ਨੂੰ ਪਤਾ ਨਹੀਂ ਲੱਗਿਆ, ਜਦੋਂ ਮੇਰੀ ਨੌਨਸੈਂਸ ਟਾਕ ਕੀਤਾ ਉਹਨਾਂ ਨੇ ਆ ਕੇ, ਉਹ ਵੀ ਆ ਕੇ ਇੱਕ ਮਿੰਟ ਜੀ, ਉਹ ਵੀ ਹੈਰਾਨ ਹੁੰਦੇ ਵੀ ਇਹ ਹੋਇਆ ਕੀ ਹੈ, ਕੋਰੀਡੋਰ ਦੇ ਵਿੱਚ ਆ ਕੇ ਉੱਥੇ ਸਾਹਮਣੇ ਦੋ ਕਮਰੇ ਜਿਹੜੇ ਹੈਗੇ ਉਹਦੇ, ਇੱਥੇ ਆਏ ਸੀਗੇ ਜੀ, ਤੁਸੀਂ ਇਹਨਾਂ ਦੀ ਵੀ ਸ਼ੂਟਿੰਗ ਕਰਦੇ ਇੱਥੇ, ਘਟਨਾ ਵਾਲੇ ਸਥਾਨ ਵੀ ਦਿਖਾ ਦਿਓ, ਥੈਂਕ ਯੂ ਵੈਰੀ ਮੱਚ। ਅਸੀਂ ਪ੍ਰੋਸੈਸ ਸਪੋਰਟਸ ਡਿਪਾਰਟਮੈਂਟ ਅਤੇ ਹੋਮ ਡਿਪਾਰਟਮੈਂਟ ਦੇ ਵਿੱਚ ਜਿਹੜੀ ਐਲੀਜੀਬਿਲਟੀ ਹੈ ਉਹਦੇ ਜਿਹੜੇ ਸਾਰੇ ਟੈਸਟ ਨੇ ਉਹ ਆਲਰੇਡੀ ਗੌਰਮੈਂਟ ਵੱਲੋਂ ਕਲੀਅਰ ਕੀਤਾ ਹੋਇਆ, ਅਸੀਂ ਉਹਨੂੰ ਚੈੱਕ ਕਰਕੇ ਨੋਟ ਓਨਲੀ ਹਿਮ ਜਿੰਨੇ ਵੀ ਸਪੋਰਟਸ ਪਰਸਨ ਫਿਊਚਰ 'ਚ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਂ ਪੰਜਾਬ ਨੂੰ